ਸਨ 1971 ਵਿੱਚ ਮੈਂ ਉਦੋਂ ਕਲਕੱਤਾ ਨੇੜੇ ਏਅਰਫੋਰਸ ਸਟੇਸ਼ਨ ਕਲਾਈਕੁੰਡਾ ਸੀ ਅਤੇ 22 ਸਕੁਐਡਨ ਜੋ ਹੈ ਉਸ ਵਿੱਚ ਨੈਟ ਜਹਾਜ਼ ਸਨ। ਉਹ ਜੋ ਨੈਟ ਜਹਾਜ਼ ਸੀ ਉਹ ਮੈਂ ਚਲਾਉਂਦਾ ਸੀ ਅਤੇ ਉਸਦਾ ਰੋਲ ਸੀ ਹਵਾਈ ਰੱਖਿਆ, ਮਤਲਬ ਦੁਸ਼ਮਣ ਦਾ ਜੇਕਰ ਕੋਈ ਵੀ ਜਹਾਜ਼ ਸਾਡੇ ਖੇਤਰ 'ਚ ਆਉਂਦਾ ਹੈ ਤਾਂ ਇਹ ਸਾਡੀ ਜ਼ਿੰਮੇਦਾਰੀ ਸੀ ਕਿ ਉਸਨੂੰ ਖਦੇੜੀਏ ਜਾਂ ਡੇਗੀਏ। ਪਾਕਿਸਤਾਨੀ ਸੇਬਰ ਢਾਕਾ ਤੋਂ ਆਉਂਦੇ ਹੁੰਦੇ ਸੀ ਅਤੇ ਮੁਕਤੀ ਵਾਹਿਨੀ 'ਤੇ ਹਮਲਾ ਕਰਦੇ ਸੀ, ਸੋ ਉਹ ਢਾਕਾ ਤੋਂ ਉਡਾਰੀ ਭਰਦੇ ਸੀ ਅਤੇ ਅਟੈਕ ਕਰਕੇ ਸਾਡੇ ਬਾਰਡਰ 'ਤੇ ਮੁਕਤੀ ਵਾਹਿਨੀ ਫੋਰਸ 'ਤੇ ਜਾ ਕੇ ਜਸੋਰ ਵਿੱਚ ਉਤਰਦੇ ਸੀ ਅਤੇ ਉੱਥੋਂ ਦੁਬਾਰਾ ਤੇਲ ਭਰ ਕੇ ਦੁਬਾਰਾ ਅਟੈਕ ਕਰਦੇ ਸੀ। ਉੱਨੀ ਸੌ ਇਕਹੱਤਰ ਦੀ ਜੰਗ 'ਚ ਅਸੀਂ ਕਲਕੱਤੇ ਸੀ, ਸਾਡਾ ਬੇਸ ਕਲਕੱਤਾ ਸੀ ਅਤੇ ਉਸ ਸਮੇਂ ਸਾਡਾ ਜੋ ਰਡਾਰ ਯੂਨਿਟ ਸੀ ਉਸਨੇ ਦੁਸ਼ਮਣ ਜਹਾਜ਼ ਦਾ ਪਤਾ ਲਾਇਆ ਅਤੇ ਸਾਨੂੰ ਭੇਜਿਆ ਗਿਆ ਉਹਨਾਂ ਨੂੰ ਰੋਕਣ ਵਾਸਤੇ। ਮੈਸੀ ਨੇ ਪਹਿਲਾ ਜਹਾਜ਼ ਵੇਖਿਆ, ਮੈਸੀ ਅਤੇ ਸੌਰਸ ਦੋਵੇਂ ਜਹਾਜ਼ ਇੱਕ ਸੇਬਰ ਦੇ ਪਿੱਛੇ ਗਏ ਅਤੇ ਉਹਨਾਂ ਨੇ ਹਵਾਈ ਯੁੱਧ ਕੀਤਾ, ਲੜਾਈ ਕੀਤੀ ਅਤੇ ਮੈਸੀ ਨੇ ਨੰਬਰ 1 ਸੇਬਰ ਨੂੰ ਡੇਗ ਦਿੱਤਾ। ਨੰਬਰ 3 ਸੇਬਰ ਵਿਚਕਾਰ ਆਇਆ, ਉਹ ਗਣਪਤੀ ਦੇ ਪਿੱਛੇ ਜਾ ਰਿਹਾ ਸੀ ਅਤੇ ਮੈਂ ਨੰਬਰ 3 ਸੇਬਰ ਦੇ ਪਿੱਛੇ ਜਾ ਕੇ ਉਸਨੂੰ ਸ਼ੂਟ ਕੀਤਾ। ਉਸਦੇ ਪਾਇਲਟ ਨੇ ਵੀ ਇਜੈਕਟ ਕੀਤਾ, ਦੋਵੇਂ ਪਾਇਲਟ ਇੱਥੇ ਜ਼ਮੀਨ 'ਤੇ ਡਿੱਗੇ ਅਤੇ ਸਾਡੇ ਆਰਮੀ ਯੂਨਿਟ ਨੇ ਉਹਨਾਂ ਨੂੰ ਗ੍ਰਿਫਤਾਰ ਕਰ ਲਿਆ। ਸੋ 1971 ਦੀ ਜੰਗ ਦੇ ਲਈ ਮੈਨੂੰ ਵੀਰ ਚੱਕਰ ਮਿਲਿਆ। ਮੇਰਾ ਜਨਮ ਹੈਦਰਾਬਾਦ 'ਚ ਹੋਇਆ ਸੀ 1946 ਵਿੱਚ, ਲੇਕਿਨ ਮੈਂ ਪਿਤਾ ਜੀ ਦੀ ਬਦਲੀ ਦੇ ਕਾਰਨ ਮੈਂ ਪੂਨਾ ਵਿੱਚ ਵੱਸ ਗਿਆ ਅਤੇ ਮੈਂ ਇੱਕ ਨੋਮੀਨਲ ਮਸੀਹ ਪਰਿਵਾਰ 'ਚ ਜਨਮਿਆ ਜੋ ਲਗਾਤਾਰ ਚਰਚ ਜਾਂਦਾ ਸੀ ਅਤੇ ਮੈਂ ਜ਼ਬੂਰਾਂ ਦੀ ਕਿਤਾਬ ਜਾਂ ਕਹਾਵਤਾਂ ਦੀ ਕਿਤਾਬ ਪੜ੍ਹਦਾ ਸੀ, ਖੁਸ਼ ਸੀ। ਪ੍ਰਾਰਥਨਾ ਅਤੇ ਬਾਈਬਲ ਪੜ੍ਹਨਾ ਉਹ ਚੀਜ਼ ਸੀ ਜਿਸ ਨੇ ਏਅਰਫੋਰਸ ਵਿੱਚ ਮੈਨੂੰ ਸੰਭਾਲੀ ਰੱਖਿਆ। 17 ਸਾਲ ਦੀ ਉਮਰ 'ਚ ਮੈਂ ਏਅਰਫੋਰਸ ਜੁਆਇਨ ਕੀਤੀ, ਪੂਰੀ ਜ਼ਿੰਦਗੀ ਮੇਰੇ ਅੱਗੇ ਸੀ, ਲੇਕਿਨ ਹਰ ਰੋਜ਼ ਮੈਂ ਬਾਈਬਲ ਪੜ੍ਹਦਾ ਸੀ ਅਤੇ ਦੁਆ ਕਰਦਾ ਸੀ ਕਿਉਂਕਿ ਉਹ ਮੈਨੂੰ ਸਿਖਾਇਆ ਗਿਆ ਸੀ, ਅਤੇ ਕੋਈ ਵੀ ਸਮੱਸਿਆ ਆਉਂਦੀ ਤਾਂ ਮੈਂ ਦੁਆ ਕਰਦਾ ਅਤੇ ਪ੍ਰਭੂ ਦੀ ਉਡੀਕ ਕਰਦਾ ਅਤੇ ਜਦੋਂ ਉਹ ਉੱਤਰ ਦਿੰਦਾ ਤਾਂ ਮੈਂ ਅੱਗੇ ਵੱਧਦਾ ਸੀ। ਮੈਂ ਇੰਡੋਨੇਸ਼ੀਆ ਗਿਆ, ਪੋਸਟ ਗ੍ਰੈਜੂਏਸ਼ਨ ਕੀਤੀ, ਫਿਰ ਵਾਪਸ ਆਏ ਅਤੇ ਸਟਾਫ ਕਾਲਜ ਦੇ ਵਿੱਚ ਸੀ ਅਤੇ ਫਿਰ ਮੇਰੀ ਪੋਸਟਿੰਗ ਨਲੀਆ ਹੋਈ ਅਤੇ ਉੱਥੇ ਨਲੀਆ 'ਚ ਜਦੋਂ ਦੁਆ ਕਰ ਰਹੇ ਸੀ ਮੈਨੂੰ ਇੱਕ ਬੁਲਾਹਟ ਮਿਲੀ ਕਿ ਏਅਰਫੋਰਸ ਛੱਡ ਦੇ ਅਤੇ ਮੈਂ ਤੈਨੂੰ ਇਸਤੇਮਾਲ ਕਰਾਂਗਾ। ਅਤੇ ਉਸ ਤੋਂ ਬਾਅਦ ਜਦੋਂ ਮੈਂ ਇੱਕ ਚਰਚ ਵਿੱਚ ਪ੍ਰਚਾਰ ਲਈ ਸੰਦੇਸ਼ ਦੀ ਤਿਆਰੀ ਕਰ ਰਿਹਾ ਸੀ, ਲਿਖਿਆ ਸੀ ਮਰਕੁਸ 4 ਅਧਿਆਏ ਉਸਦੀ 35 ਆਇਤ ਵਿੱਚ, ਆਓ ਅਸੀਂ ਦੂਸਰੇ ਪਾਸੇ ਚੱਲੀਏ, ਅਤੇ ਮੈਨੂੰ ਮਹਿਸੂਸ ਹੋਇਆ ਕਿ ਯੇਸੂ ਖਰੀਸਤ ਮੈਨੂੰ ਬੁਲਾ ਰਿਹਾ ਹੈ ਕਿ ਚੱਲ ਕਿਤੇ ਹੋਰ ਚੱਲੀਏ, ਕਿੱਥੇ ਚੱਲੀਏ ਉਹ ਪਤਾ ਨਹੀਂ ਹੈ। ਉਸ ਤੋਂ ਬਾਅਦ ਮੈਂ ਦੁਆ ਕਰ ਰਿਹਾ ਸੀ ਅਤੇ 3 ਮਸੀਹ ਔਰਗਨਾਈਜੇਸ਼ਨਸ ਨੇ ਮੈਨੂੰ ਸੱਦਾ ਭੇਜਿਆ, ਮੈਂ ਹੁਣ ਕਿੱਥੇ ਜਾਵਾਂ। ਸੋ ਫਿਰ ਦੁਆ ਕੀਤੀ ਅਤੇ ਯੇਸੂ ਖਰੀਸਤ ਨੇ ਕ੍ਰਿਸਚਨ ਮਿਸ਼ਨ ਸਰਵਿਸ ਤਮਿਲਨਾਡੂ 'ਚ ਜਾਣ ਦੀ ਆਗਿਆ ਦੇ ਦਿੱਤੀ ਅਤੇ ਮੈਂ ਉੱਥੇ ਆਇਆ। ਅਤੇ ਇਹ ਕ੍ਰਿਸਚਨ ਮਿਸ਼ਨ ਸਰਵਿਸ ਜੋ ਹੈ ਇਹ ਗਰੀਬ ਬੱਚਿਆਂ ਦੀ ਅਤੇ ਅਨਾਥ ਬੱਚਿਆਂ ਦੀ ਦੇਖਭਾਲ ਕਰਦੀ ਹੈ। ਮੇਰੀ ਜ਼ਿੰਮੇਦਾਰੀ ਪ੍ਰਬੰਧਕੀ ਅਤੇ ਆਤਮਿਕ ਮਾਰਗਦਰਸ਼ਨ ਪ੍ਰਦਾਨ ਕਰਨ ਦੀ ਸੀ। ਉਹ ਕਰਦੇ ਕਰਦੇ 7,000 ਬੱਚੇ ਆ ਗਏ ਅਤੇ ਅਸੀਂ ਉਹਨਾਂ ਨੂੰ ਸੰਭਾਲਦੇ ਸੀ। ਮੇਰੇ ਦਿਮਾਗ ਵਿੱਚ ਜੋ ਹੈ ਯੇਸੂ ਮਸੀਹ ਪਰਮੇਸ਼ਰ ਦੇ ਰਾਜ ਨੂੰ ਮੁੜ ਸਥਾਪਿਤ ਕਰਨ ਲਈ ਆਇਆ। ਜਦੋਂ ਪਰਮੇਸ਼ਰ ਨੇ ਸਾਨੂੰ ਮਨੁੱਖਾਂ ਨੂੰ ਬਣਾਇਆ ਸਿਰਜਿਆ ਤਾਂ ਉਹ ਉਸ ਰਾਜ ਨੂੰ ਇੱਥੇ ਸਥਾਪਿਤ ਕਰਨਾ ਚਾਹੁੰਦਾ ਸੀ। ਆਦਮ ਅਤੇ ਹਵਾ ਨੂੰ ਜ਼ਿੰਮੇਦਾਰੀ ਦਿੱਤੀ, ਉਸਨੇ ਕਿਹਾ ਇਸ ਦੀ ਦੇਖਭਾਲ ਕਰੋ, ਵਧੋ ਫੁੱਲੋ, ਧਰਤੀ ਨੂੰ ਭਰ ਦਿਓ, ਇਸ 'ਤੇ ਰਾਜ ਕਰੋ। ਪਹਾੜੀ ਉਪਦੇਸ਼ 7 ਅਧਿਆਏ ਉਸਦੀ 24 ਆਇਤ ਵਿੱਚ ਲਿਖਿਆ ਹੈ, ਸੋ ਹਰੇਕ ਜੋ ਮੇਰੇ ਇਹ ਬਚਨ ਸੁਣਦਾ ਅਤੇ ਉਹਨਾਂ ਉੱਤੇ ਚੱਲਦਾ ਹੈ ਉਹ ਬੁੱਧਵਾਨ ਵਰਗਾ ਹੈ। ਜੇ ਅਸੀਂ ਇਸ 'ਤੇ ਅਮਲ ਕਰੀਏ ਤਾਂ ਪਰਮੇਸ਼ਰ ਦਾ ਰਾਜ ਇੱਥੇ ਆ ਜਾਵੇਗਾ। ਸੋ ਮੇਰੀ ਸਮਝ ਇਹ ਹੈ ਕਿ ਇੱਕ ਸੱਚੇ ਨਾਗਰਿਕ ਬਣਨ ਵਾਸਤੇ ਵਚਨ ਨੂੰ ਪੜ੍ਹਨਾ ਅਤੇ ਇਸ 'ਤੇ ਅਮਲ ਕਰਨਾ ਬਹੁਤ ਜ਼ਰੂਰੀ ਹੈ।
सो मेरा टीचा है राज दे लोक बन के जीना, तद असी अपने आप देश दे बहुत चंगे ते मजबूत नागरिक बनांगे। हर जगह तुसी भेजण वाले होवोगे ते ओही आत्मा हर जगह हरेक दी अगवाई करेगा। मैं सोचदा हाँ साडे सब लिए जरूरी है प्रभु दा वचन वंडिए ते नवी पीढ़ी नूं दसीए कि परमेश्वर कौन है ते साडियां जिंदगियां च उसने की कीता है, गवाही भी देईए दसना कि प्रभु जिंदगियां च की कर रहा है।